मुख्यमंत्री भगवंत मान दे वल्लों बुधवार नूं पंजाब दे तीन टोल प्लाजे बंद करवाए जाण ते कांग्रेस ने हुण आम आदमी पार्टी दी सरकार नूं घेरिया है। कांग्रेस ने कहा है कि मुख्यमंत्री भगवंत मान जिहड़े टोल प्लाजियां दी म्याद पूरी होण वाली हुंदी है उन्हां नूं बंद करवा के वाह वाह खट लैंदे ने। चंडीगढ़ विच प्रेस कॉन्फ्रेंस करके पंजाब विधानसभा दे विच विरोधी धिर दे लीडर प्रताप सिंह बाजवा ने मुख्यमंत्री भगवंत मान ते सिद्धा निशाना साधदिआं कहा कि मुख्यमंत्री मान अपणीआं अजिहीआं कारवाईआं करके सिर्फ अपना रांझा राजी कर रहे ने। ਇਹ ਤਾਂ ਮੁੱਖ ਮੰਤਰੀ ਵੱਲੋਂ ਬੰਦ ਕਰਵਾਏ ਟੋਲ ਉਂਝ ਵੀ 2024 ਦੇ ਵਿੱਚ ਬੰਦ ਹੋ ਜਾਣੇ ਸੀ, ਹੁਣ ਕੰਪਨੀ ਦੇ ਨਾਲ ਜਾਣ ਬੁੱਝ ਕੇ ਮਿਲੀ ਭਗਤ ਦੇ ਨਾਲ ਇਹ ਬੰਦ ਕਰਵਾਏ ਗਏ ਨੇ ਤਾਂ ਕਿ ਕੰਪਨੀ ਅਦਾਲਤ ਵਿੱਚ ਜਾਵੇ ਤੇ ਉਸ ਨੂੰ ਰਿਆਇਤ ਮਿਲ ਜਾਵੇ। ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ, ਜਿਹੜੀ 2 ਨੰਬਰ ਤੇ ਪਟਿਆਲਾ ਸਮਾਣਾ ਪਾਤੜਾ ਰੋਡ ਹੈ, ਇਹੀ ਰੋਹਰ ਰਾਜਦੀਪ ਕੋਲ, ਇਹਦਾ ਟੋਲ ਮੁੱਕਣਾ ਸੀ 23/10/2022 ਨੂੰ, ਇਹਦਾ ਟੋਲ 22 ਚ ਮੁੱਕ ਜਾਣਾ ਸੀ। ਇਹਨਾਂ ਦੀ ਸਰਕਾਰ ਨੇ, ਭਗਵੰਤ ਮਾਨ ਦੀ ਗਵਰਨਮੈਂਟ ਨੇ ਤੇ ਭਗਵੰਤ ਮਾਨ ਨੇ ਇਸ ਨੂੰ ਟਾਈਮ ਵੱਧ ਦਿੱਤਾ ਚਲਾਉਣ ਦਾ। ਇਹਦਾ ਕੋਈ ਜਵਾਬ ਦੇਗਾ ਭਗਵੰਤ ਸਿੰਘ ਮਾਨ? ਤੂੰ ਬਾਕੀਆਂ ਵੱਲ ਤੇ ਉਂਗਲਾਂ ਕਰੀ ਜਾਂਦਾ, ਇੱਕ ਉਂਗਲ ਤੁਸੀਂ ਦੂਸਰਿਆਂ ਵੱਲ ਕਰਦੇ ਹੋ ਮੁੱਖ ਮੰਤਰੀ ਜੀ, 4 ਤੁਹਾਡੇ ਵੱਲ ਹੁੰਦੀਆਂ ਨੇ, ਤੁਸੀਂ ਇਹਦਾ ਜਵਾਬ ਦਿਓ। ਜਿੱਥੇ ਤੇ ਸਾਡੀ ਕੋਈ ਗੱਲ ਹੀ ਹੈ ਨਹੀਂ, ਤੁਸੀਂ ਸਾਡੇ ਤੇ ਉਂਗਲ ਕਰਦੇ ਹੋ। ਜਿਸ ਇਹ ਰੋਹਨ ਰਾਜਦੀਪ ਨੂੰ ਸੇਮ ਗਰਾਊਂਡਸ ਦੇ ਉੱਤੇ ਤੁਸੀਂ ਉਹਨਾਂ ਨੂੰ ਪਿਛਲੀ ਵਾਰ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਫਰਦਰ ਰਨ ਕਰਨ। ਇਸ ਮੌਕੇ ਬਾਜਵਾ ਨੇ ਮੁੱਖ ਮੰਤਰੀ ਮਾਨ ਦੀ ਪਤਨੀ ਦੀ ਸੁਰੱਖਿਆ, ਰਾਜਪਾਲ ਦੇ ਨਾਲ ਟਕਰਾਅ ਸਮੇਤ ਹੋਰ ਕਈ ਮੁੱਦਿਆਂ ਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਮੋੜਵਾਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਰਾਜਪਾਲ ਦੀ ਹਮਾਇਤ ਤੇ ਉਤਰੇ ਬਾਜਵਾ ਬੀਜੇਪੀ ਦੀ ਬੋਲੀ ਬੋਲ ਰਹੇ ਨੇ। ਗਵਰਨਰਾਂ ਨੇ ਹੀ ਕਹਿੰਦੇ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਤੋੜੀਆਂ ਸੀ। ਬੀਜੇਪੀ ਨੇ ਮਹਾਰਾਸ਼ਟਰ ਤੋਂ ਲੈ ਕੇ ਗੋਆ ਤੱਕ ਵਿਧਾਇਕਾਂ ਦੀ ਖਰੀਦੋ ਫਰੋਖਤ ਕੀਤੀ ਸੀ, ਸਿੱਧਾ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਬਾਵਜੂਦ ਬਾਜਵਾ ਬੀਜੇਪੀ ਦੀ ਵਕਾਲਤ ਕਰ ਰਹੇ ਨੇ। ਇਹ ਤੁਹਾਡੀ ਧਰਮ ਪਤਨੀ 4 ਸਿਕਿਉਰਿਟੀ ਗਾਰਡ ਤੋਂ 40 ਗਾਰਡ ਨਾਲ ਰੱਖ ਸਕਦੀ, ਉਹਨੂੰ ਜੈਮਰ ਮਿਲ ਸਕਦਾ। ਇਟ ਇਜ਼ ਅ ਡਾਇਰੈਕਟ ਮੈਸੇਜ ਟੂ ਇਨਵੈਸਟਰਸ ਆਫ ਪੰਜਾਬ, ਆਫ ਹੂ ਵਾਂਟ ਟੂ ਕਮ ਇਨ ਟੂ ਪੰਜਾਬ, ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਜਿੱਥੇ ਚੀਫ ਮਿਨਿਸਟਰ 800 ਬੰਦਾ ਉਹਨੂੰ ਸੁਰੱਖਿਅਤ ਕਰ ਰਿਹਾ, ਉਹਨਾਂ ਦੀ ਘਰ ਦੀ ਨੂੰ 40 ਬੰਦੇ ਸੁਰੱਖਿਅਤ ਕਰ ਰਹੇ ਨੇ, ਉਹਨਾਂ ਦੀ ਮਾਤਾ ਜੀ ਉਹਨਾਂ ਦੀ ਭੈਣ ਜੀ ਨੂੰ 25-25 ਬੰਦੇ ਸੁਰੱਖਿਅਤ ਕਰ ਰਹੇ ਨੇ, ਕਿਹੜਾ ਆਦਮੀ ਹੈ ਜਿਹਨੂੰ ਇਹ ਡਾਇਰੈਕਟਲੀ ਮੈਸੇਜ ਨਹੀਂ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੌਣ ਇੱਥੇ ਆਉਣਾ ਚਾਹੇਗਾ ਜੀ? ਕੋਈ ਦੱਸੇ ਤਾਂ ਸਹੀ ਕਿਹੜਾ ਆਉਣਾ ਚਾਹੁੰਦਾ? ਤੁਸੀਂ ਦੱਕਣ ਫਿਰਦੇ ਹੋ, ਲੁਧਿਆਣਾ ਸਾਰਾ ਯੋਗੀ ਸਾਹਿਬ ਦੇ ਕੋਲ ਬੈਠਾ ਉਹਨਾਂ ਦੇ ਦਰਬਾਰ ਦੇ ਵਿੱਚ। ਅਗਲੀ ਵੱਡੀ ਖਬਰ ਵੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਤੇ 10 ਮਹੀਨੇ ਦੇ ਅੰਦਰ ਦਿੱਲੀ ਤੋਂ ਵੀ ਵੱਡੇ ਐਕਸਾਈਜ਼ ਘੁਟਾਲੇ ਦਾ ਇਲਜ਼ਾਮ ਲਾਉਂਦੇ ਹੋਏ CBI ਜਾਂ ਫਿਰ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਖੁਲਾਸਾ ਕੀਤਾ ਹੈ ਕਿ ਮਾਨ ਸਰਕਾਰ ਨੇ ਰਾਕੇਸ਼ ਚੌਧਰੀ ਦੇ ਉਸ ਸ਼ਖਸ ਦੀ ਮਾਈਨਿੰਗ ਕੰਟਰੈਕਟ ਨੂੰ ਰੀਨਿਊ ਕੀਤਾ ਜੋ ਭਗੌੜਾ ਹੈ, ਜਿਸ ਦੇ ਖਿਲਾਫ FIR ਦਰਜ ਹੈ। ਇਹ ਵੀ ਦਾਵਾ ਕੀਤਾ ਮਜੀਠੀਆ ਨੇ ਕਿ ਇੱਕ ਅਫਸਰ ਨੇ ਸਾਧੂ ਦੇ ਭੇਸ ਵਿੱਚ ਮੋਹਾਲੀ ਅਤੇ ਰੋਪੜ ਦੇ ਵਿੱਚ ਰਾਕੇਸ਼ ਚੌਧਰੀ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਮਾਈਨਿੰਗ ਦੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਫੌਰਨ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਉਹ ਫਰਾਰ ਹੋ ਗਿਆ। ਸਿਰਫ ਇੰਨਾ ਹੀ ਨਹੀਂ, ਮਜੀਠੀਆ ਨੇ ਇਹ ਵੀ ਦਾਵਾ ਕੀਤਾ ਕਿ ਜਦੋਂ ਮਾਨ ਸਰਕਾਰ ਨੇ ਰਾਕੇਸ਼ ਚੌਧਰੀ ਦਾ ਕੰਟਰੈਕਟ ਰੀਨਿਊ ਕੀਤਾ ਤਾਂ ED ਨੇ ਮਾਨ ਸਰਕਾਰ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਇਆ ਸੀ ਤੇ ਸਵਾਲ ਪੁੱਛੇ ਸਨ। ਇਸ ਸਾਰੇ ਮਸਲੇ ਤੇ ਮਜੀਠੀਆ ਨੇ ਸਵਾਲ ਪੁੱਛਿਆ ਕਿ ਜਿਹੜਾ ਸ਼ਖਸ ਭਗੌੜਾ ਹੈ ਉਸ ਦਾ ਕੰਟਰੈਕਟ ਆਖਿਰਕਾਰ ਰੀਨਿਊ ਕਿਵੇਂ ਹੋ ਗਿਆ। ਮਜੀਠੀਆ ਨੇ ਇਹ ਵੀ ਸਵਾਲ ਪੁੱਛਿਆ ਕਿ ਆਖਿਰਕਾਰ ਹਰਜੋਤ ਸਿੰਘ ਬੈਂਸ ਜਿਹੜੇ ਮੰਤਰੀ ਨੇ ਉਹਨਾਂ ਤੋਂ ਮਾਈਨਿੰਗ ਵਿਭਾਗ ਵਾਪਸ ਕਿਉਂ ਲਿਆ ਗਿਆ ਹੈ। ਤੇ ਮੈਂ ਪਰਚੇ ਗਿਣਾਉਣ ਲੱਗਿਆ, ਇੱਕ ਤਾਂ ਆਹ ਖਬਰ ਲੱਗੀ ਹੈ, ਆਹ ਖਬਰ ਲੱਗੀ ਸੀ ਰਾਕੇਸ਼ ਚੌਧਰੀ ਦੀ ਲਾਇਸੈਂਸ ਆਫ ਮਾਈਨਿੰਗ ਕੰਟਰੈਕਟਰ ਆਫ ਮੋਹਾਲੀ ਐਂਡ ਰੋਪੜ ਮਾਈਨ ਸਸਪੈਂਡਡ, ਨੋਟਿਸ ਇਸ਼ੂਡ ਟੂ ਰਿਕਵਰ 26 ਕਰੋੜ। ਠੀਕ ਹੈ ਜੀ, ਇਹ 26 ਕਰੋੜ ਦਾ ਇਹਨੂੰ ਨੋਟਿਸ ਇਸ਼ੂ ਹੋਇਆ ਔਰ ਇਹ 'ਤੇ ਇਹਦਾ ਜਾ ਕੇ ਪਰਦਾਫਾਸ਼ ਕਿਹਨੇ ਕੀਤਾ? ਤੁਹਾਨੂੰ ਯਾਦ ਹੋਣਾ 22 ਜਨਵਰੀ 2022 'ਚ ਜਦੋਂ ਹਨੀ ਮਨੀ ਦੇ ਚੰਨੀ ਦੀ ਇੱਕ PC ਕੀਤੀ ਸੀ, ਉਹ ਤੁਹਾਡੇ ਕੋਲ ਮੈਂ ਆਹ ਦਿਖਾ ਦਿੰਦਾ, ਇਹਦਾ ਜ਼ਿਕਰ ਹੋਇਆ ਸੀ 22 ਜਨਵਰੀ ਤੋਂ ਬਾਅਦ ਇਹ 'ਤੇ ਪਹਿਲਾ ਪਰਚਾ ਹੁੰਦਾ 25 ਜਨਵਰੀ ਨੂੰ, ਔਰ ਮੈਂ FIR ਨੰਬਰ ਦੀ ਤੁਹਾਨੂੰ ਕਾਪੀ ਦਿਖਾ ਰਿਹਾ। ਇਹ FIR ਹੈ ਜੀ,
एफ आई आर नंबर 0006 छे नंबर एफ आई आर है, मैं थोनू दिखा दिया। आ पहली एफ आई आर है जी इतने दर्ज होंगी है 25/1/2022 इकबाल सरपंच ते जेड़ा चन्नी दा खासम खास है ते अपना दूजा राकेश चौधरी च बाद च वादा होंदा उदों चन्नी करन नहीं दिंदा परचा उहदे ते। फिर उस तो बाद इस राकेश चौधरी ते एक CBI की इनकुआइरी मार्क हो जाती है। और किवें होंदी है जी CBI की इनकुआइरी है ते मार्क, चलो उस गल ते आउण तो पहला मैं ये दिखा दिया कि किवें मिले उहदे नाल। आ राघव चड्डे की खबर है, जदों मैं PC की राघव चड्डा जी भी उत्थे पहुँचे, तुहानू याद होना चमकौर साहब पहुँचे सी, मगर हैरानगी की गल है अज उस राकेश चौधरी नू सारिया माइना फेर देतियां ने। जिहड़ा राकेश चौधरी भगौड़ा उत्तों साइन किवें बज गए भगौड़े बंदे तो। विक्रम मजीठिया ने कहा कि पहला माइनिंग घोटाले दे विच हनी मनी ते चन्नी सन ते हुण झाड़ू भी शामिल हो गया। कहिंदे केजरीवाल तां कहिंदे सी कि 20,000 करोड़ माइनिंग तों लैके आउणगे, पर हुण 10 महीने दे अंदर भी नवीं माइनिंग पॉलिसी सरकार लिया नहीं सकी, अजिहा क्यों है? उधर मजीठिया दे इन्हां सारे सवालां दा जवाब भी आम आदमी पार्टी ने दे दित्ता है। मालविंदर सिंह कंग ने कहा कि 84 माइनिंगां खिलाफ उन्हां दी सरकार ने FIR दर्ज की है। राकेश चौधरी का कॉन्ट्रैक्ट कहिंदे साडी सरकार ने ही रद्द किया सी, पर हाईकोर्ट तों राकेश चौधरी ने स्टे ले लिया, इस करके मजबूरी दे विच उन्हां नूं कॉन्ट्रैक्ट रिन्यू करना पिया। कंग ने कहा कि राकेश चौधरी नूं कॉन्ट्रैक्ट अकाली दल ते कांग्रेस दीआं सरकारां वेले ही दित्ता गया सी, हुण जदों अकाली दल दे टोल प्लाज़ियां दे घोटाले बाहर आ रहे ने तां उह जांच दे डर तों बेतुकियां गल्लां कर रहे ने। कंग ने मजीठिया नूं चुनौती दित्ती है, चैलेंज कीता है कि उह जीरा जाके इह साबित कर देण कि फैक्टरी बंद करके मान सरकार ने गलत कीता। उन्हें कहा कि साड़ी सरकार दे लई लोकां दी सेहत उत्ते कुछ भी नहीं है, मजीठिया लोकां नूं सिर्फ गुमराह कर रहे ने। विक्रम सिंह मजीठिया जी ने अज एक बार फिर एकदम जिहड़ा झूठ झूठ जिहड़ा वड्डा झूठ अज उन्होंने बोलिया, जिहड़ियां भी उन्होंने गल्लां कीतियां राकेश चौधरी नूं लैके। पहली गल तो यह आ भी राकेश चौधरी नूं लियाउण वाले पंजाब यही लोग ने, पहला बादल साहब की सरकारां दे टाइम, उस तो बाद कांग्रेस ने उन्हें अगे वधाया, इन्हां लोकां ने उहदे पैर लवाए। असी इस माफिया के खिलाफ परचा भी दर्ज किया और अंदर भी किया। इस करके पहली गल तो मजीठिया साहब तुसी जवाब दो भी तुसी इन्हां माफिया के पैर जिहड़े लवाए सी उहदी की कीमत लई सी, तुसी किहड़ी हिस्सेदारी लई सी? मान साहब की सरकार राकेश चौधरी तो अलावा 84 एफ जे माइनिंग माफिया जिन्हां दे खिलाफ कानूनी तौर पर कार्रवाई कर चुकी है। जिथों तक गल है ठेकियां दी कंटिन्यूटी दी, देखो वह ऑनरेबल हाई कोर्ट दीयां डायरेक्शनां ते स्टे मिली है मानयोग अदालत, लेकिन अदालत च असी अपना पक्ष पूरे जोर शोर नाल रख रहे हैं। असी किसी भी कीमत ते जिहड़ा माइनिंग माफिया है इहनूं बचण नहीं देना और ना अगे वधन देना है।